ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਰਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ 'ਚ ਨੇ। ਨਵੇਂ ਬਣੇ ਸਿਆਸੀ ਗੱਠਜੋੜ ਦਾ ਐਲਾਨ ਹੋ ਚੁੱਕਿਆ। ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ 'ਚ ਬਸਪਾ ਅਤੇ ਅਕਾਲੀ ਦਲ ਦੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਦਾ ਐਲਾਨ ਕੀਤਾ। ਇਸ ਗੱਠਜੋੜ 'ਤੇ ਬੋਲਦੇ ਹੋਏ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਆਪਣੀ ਸਿਆਸੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਸ ਦੇ ਚੱਲਦੇ ਉਹਨਾਂ ਵੱਲੋਂ ਇਹ ਗੱਠਜੋੜ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਗੱਠਜੋੜ ਦੇ ਵਿੱਚ ਸਾਫ਼ ਲਾਲਚ ਨਜ਼ਰ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਲਿਤਾਂ ਦਾ ਸਹਾਰਾ ਲੈ ਕੇ ਆਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਭਈਆ, ਇਹ ਲਾਲਚ ਔਰ ਸਵਾਰਥ ਕੇ ਨਾਤੇ ਇਹ ਗੱਠਬੰਧਨ ਹੈ, ਔਰ ਇਹ ਗੱਠਬੰਧਨ ਕੋਈ ਦਲਿਤੋਂ ਕੀ ਭਲਾਈ ਕੇ ਲੀਏ ਥੋੜ੍ਹੀ ਹੈ। ਇਹ ਤੋ ਕੁਰਸੀ ਕੇ ਲੀਏ ਗੱਠਬੰਧਨ ਹੈ ਕਿ ਕਿਸ ਤਰ੍ਹਾਂ ਸੇ ਖੋਈ ਹੋਈ ਜ਼ਮੀਨ ਬਚਾਈ ਜਾਏ। ਔਰ ਮੈਂ ਕਹਿ ਰਹਾ ਹੂੰ, ਨਲਾਇਕ ਬੰਦੇ ਹੈ, ਨਖੇਧ ਬੰਦੇ ਹੈ, ਰਿਜੈਕਟ ਬੰਦੇ ਹੈ, ਜਿਨਕਾ ਕੋਈ ਵੀ ਯਹਾਂ ਪੇ ਮੋਲ ਨਹੀਂ ਹੈ, ਜਿਨਕੋ ਕੋਈ ਪੂਛਤਾ ਨਹੀਂ, ਵੋ ਇਕੱਠੇ ਹੋ ਰਹੇ ਹੈ। ਮੈਂ ਸਮਝਤਾ ਹੂੰ ਕਿ ਇਹ ਫੇਲ ਲੋਗੋਂ ਕਾ ਗੱਠਬੰਧਨ ਹੈ, ਔਰ ਇਹ ਫੇਲ ਗੱਠਬੰਧਨ ਹੈ।